ਸਰਕਾਰ ਦਾ ਇੱਥੇ ਆਦਮੀ ਕੋਈ ਨਹੀਂ ਆਇਆ। ਜਿੱਦਾਂ ਤੁਸੀਂ ਆਏ ਆ ਸਾਡੇ ਮਦਦ ਵਾਸਤੇ, ਵੇਖਣ ਵਾਸਤੇ, ਬਹੁਤ ਅਸੀਂ ਆਉਂਦੇ ਹਾਂ ਤੁਹਾਡੇ ਮਹਾਰਾਜ ਚੜ੍ਹਦੀ ਕਲਾ ਰੱਖੇ, ਮਤਲਬ ਇਹ ਸਾਡੀ ਸੇਵਾ ਕੀਤੀ ਆ, ਸਾਡੀ ਕੀਤੀ ਆ ਤਾਂ ਭੈਣ ਭਰਾ ਜ਼ਿਮੀਂਦਾਰਾਂ ਨੇ ਕੀਤੀ ਆ, ਕੋਈ ਗੌਰਮੈਂਟ ਨੇ ਸਾਡੀ ਸਹਾਇਤਾ ਨਹੀਂ ਕੀਤੀ। ਰਾਜਾ ਦਿੱਤਾ ਜਾਵੇ ਹੋਰ, ਅਸੀਂ ਕੋਈ ਆਟਾ ਬਗੈਰ ਹੋਰ ਚੀਜ਼ ਕੋਈ ਮੰਗਣ ਨੂੰ ਅਸੀਂ ਇਹ ਚੀਜ਼ ਨਹੀਂ ਮੰਗਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਹੀਆਂ ਖਾਸ ਦੇ ਏਰੀਏ ਦੇ ਵਿੱਚ ਪਹੁੰਚੇ ਹਾਂ ਜੀ। ਪਿੰਡ ਹੈ ਮੁੰਡੀ ਚੋਲੀਆਂ। ਰਹਿਮਤ NGO ਦੀ ਟੀਮ ਅੱਜ ਇਸ ਜਗ੍ਹਾ ਦੇ ਉੱਪਰ ਪਹੁੰਚੀ ਹੈ। ਅਸੀਂ ਇੱਥੇ ਰਹਿਣ ਵਾਲੇ ਲੋਕਾਂ ਦੇ ਵਿਚਾਰ ਅਸੀਂ ਆਪ ਜੀਆਂ ਦੇ ਨਾਲ ਸਾਂਝੇ ਕਰਾਉਣੇ ਚਾਹੁੰਦੇ ਹਾਂ, ਕਿਉਂਕਿ ਅਸੀਂ ਕੱਲ੍ਹ ਵੀ ਵੀਡੀਓ ਪਾਈ ਸੀ, ਆਖਿਆ ਗਿਆ ਸੀ ਵੀ ਰਾਸ਼ਨ ਕਾਫੀ ਜ਼ਿਆਦਾ ਇੱਥੇ ਪਹੁੰਚ ਚੁੱਕਿਆ ਹੈ। ਅੱਜ ਸਾਡੀ ਟੀਮ ਫਿਰ ਇੱਥੇ ਸਰਵੇਖਣ ਕਰਨ ਦੇ ਲਈ ਪਹੁੰਚੀ ਹੈ ਅਤੇ ਅਸੀਂ ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਵੀਰ ਜੀ, ਉਹ ਕਿੰਨੇ ਸਮੇਂ ਦੇ ਲਈ ਤੁਹਾਡੇ ਕੋਲ ਇੱਥੇ ਰਾਸ਼ਨ ਜਿਹੜਾ ਹੈ ਪਹੁੰਚ ਚੁੱਕਿਆ ਹੈ ਅਤੇ ਤੁਸੀਂ ਕੀ ਇਸ ਬਾਰੇ ਦੱਸਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਬੇਨਤੀ ਇਹ ਹੈ ਕਿ ਸਾਡੇ ਕੋਲ 3-4 ਮਹੀਨੇ ਦਾ ਰਾਸ਼ਨ ਪਹੁੰਚ ਚੁੱਕਿਆ ਵਾ, ਮਿਲ ਗਿਆ। ਅਸੀਂ ਹੁਣ ਸਰਕਾਰ ਦੇ ਅੱਗੇ ਇਹ ਹੀ ਮੰਗ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਜਿਹੜਾ ਰਾਸ਼ਨ ਆਟਾ ਇਹ ਬੰਦ ਕੀਤਾ ਜਾਵੇ, ਸਾਡੇ ਵਾਸਤੇ ਪੱਕਾ ਜਿਹੜਾ ਰਾਸ਼ਨ ਹੈ ਇਹ ਦਿੱਤਾ ਜਾਵੇ, ਘਰ ਪਰਤੀ ਕਰ ਵੇਖ ਕੇ। ਬਾਕੀ ਗੱਲ ਇਹ ਹੈ ਕਿ ਜਿੱਦਾਂ ਹੁਣ ਸਾਰਾ ਪਿੰਡ ਦੀ ਲਿਸਟ ਤਿਆਰ ਕੀਤੀ ਜਾਵੇ, ਵੇਖ ਕੇ ਘਰ ਜਿੱਦਾਂ ਮਾੜਾ ਮਾੜੇ ਦੀ ਸਹਾਇਤਾ ਕੀਤੀ ਜਾਵੇ, ਤਗੜਾ ਉਹਨੂੰ ਉਹ ਹਿਸਾਬ ਨਾਲ ਦਿੱਤੀ ਜਾਵੇ, ਇਹ ਸਾਡਾ ਵੇਖ ਕੇ ਦਿੱਤਾ ਜਾਵੇ। ਸਾਡੇ ਕੋਲ ਰਾਸ਼ਨ ਹੈਗਾ, ਪੱਕੇ ਰਾਸ਼ਨ ਦਾ ਇੰਤਜ਼ਾਮ ਕੀਤਾ ਜਾਵੇ, ਮਾਲ ਡੰਗਰ ਆ ਉਹਦੇ ਚਾਰੇ ਦਾ ਇੰਤਜ਼ਾਮ ਕੀਤਾ ਜਾਵੇ। ਜਿੱਦਾਂ ਇਹ ਆਉਂਦਾ ਗਾਚਾ ਆਉਂਦਾ ਦੂਰੋਂ ਆਉਂਦਾ ਚੱਲ ਕੇ ਉਹ ਖਰਾਬ ਹੋ ਜਾਂਦਾ, ਆਉਂਦਾ ਅਤੇ ਖਰਪੜਾਸ ਪੈ ਜਾਂਦੀ ਉਹਨੂੰ, ਆ ਕੇ ਪਸ਼ੂ ਨਹੀਂ ਖਾਂਦੇ, ਉਹਦੇ ਵਾਸਤੇ ਸੁੱਕਾ ਚਾਰਾ ਕੋਈ ਦਾ ਪ੍ਰਬੰਧ ਕੀਤਾ ਜਾਵੇ। ਜਿੱਦਾਂ ਤੂੜੀ ਦੱਸਦੇ ਆ, ਤੂੜੀ ਦਾ ਵੀ ਹਰ ਇੱਕ ਦੇ ਘਰ ਦੇ ਵਿੱਚ ਪਾਣੀ ਚਿੱਕੜ ਖੋਭਾ, ਤੂੜੀ ਉਤਾਰਨ ਵਾਸਤੇ ਜਗ੍ਹਾ ਨਹੀਂ ਹੈ, ਉਹਦਾ ਕੋਈ ਇੰਤਜ਼ਾਮ ਕਰਕੇ ਸਾਨੂੰ ਇਹ ਤੂੜੀ ਵੀ ਦਿੱਤੀ ਜਾਵੇ। ਹੋਰ ਡਾਕਟਰੀ ਸਹਾਇਤਾ, ਜਿੱਦਾਂ ਪਸ਼ੂਆਂ ਦਾ ਡਾਕਟਰ ਅਜੇ ਤੀਕਰ ਪਿੰਡ ਦੇ ਵਿੱਚ ਨਹੀਂ ਕੋਈ ਆਇਆ, ਪਸ਼ੂਆਂ ਨੂੰ ਬੁਖਾਰ ਕਈ ਤਰ੍ਹਾਂ ਦੀ ਬਿਮਾਰੀਆਂ ਲੱਗੀਆਂ ਹੋਈਆਂ ਨੇ, ਅਸੀਂ ਬਹੁਤ ਦੁਖੀ ਹਾਂ, ਕਈਆਂ ਦਾ ਬੱਚੇ ਦੁਖੀ ਨੇ, ਅਤੇ ਡਾਕਟਰੀ ਵੀ ਜਿਹੜੀ ਸੇਵਾਵਾਂ ਨੇ ਉਹ ਵੀ ਦੇਣੀਆਂ ਚਾਹੀਦੀਆਂ ਨੇ। ਸਰਕਾਰ ਦੇ ਅੱਗੇ ਹੱਥ ਜੋੜ ਕੇ ਇਹ ਬੇਨਤੀ। ਹਾਂਜੀ ਵੀਰ ਜੀ, ਤੁਸੀਂ ਇੱਕ ਗੱਲ ਕਹੀ ਹੈ ਵੀ ਸਰਕਾਰ ਦੇ ਅੱਗੇ ਬੇਨਤੀ ਹੈ ਕਿ ਜਿੰਨੀਆਂ ਇੱਥੇ ਮਦਦ ਕੀਤੀ ਗਈ ਹੈ ਉਹ ਕੋਈ ਸਰਕਾਰ ਨੇ ਮਦਦ ਕੀਤੀ ਹੈ ਜਾਂ ਕਿਸੇ ਹੋਰ ਨੇ ਕੀਤੀ ਹੈ? ਨਹੀਂ, ਸਰਕਾਰ ਦਾ ਇੱਥੇ ਆਦਮੀ ਕੋਈ ਨਹੀਂ ਆਇਆ, ਸਾਨੂੰ ਜਥੇਬੰਦੀਆਂ ਨੇ ਸਹਿਯੋਗ ਦਿੱਤਾ। ਹਾਂਜੀ, ਸਿੱਖ ਸੇਵਾਵਾਂ ਜਿਹੜੀਆਂ ਨਿਭਾਈਆਂ ਗਈਆਂ ਨੇ ਉਹ ਸਿੱਖ ਵੀਰਾਂ ਦੇ ਵੱਲੋਂ ਇੱਥੇ ਨਿਭਾਈਆਂ ਗਈਆਂ ਨੇ। ਹਾਂਜੀ ਵੀਰ ਜੀ, ਤੁਸੀਂ ਇਸ ਬਾਰੇ ਕੁਛ ਕਹਿਣਾ ਚਾਹੁੰਦੇ? ਮੈਂ ਜੀ ਇਹੀ ਕਹਿਣਾ ਚਾਹੁੰਦਾ, ਦੇਖੋ ਜੀ, ਸਰਕਾਰੀ ਅਜਾਰੇ ਜਦੋਂ ਪਾਣੀ ਸੀ, ਠੀਕ ਹੈ, ਸਰਕਾਰ ਵੱਲੋਂ ਬਹੁਤ ਆਉਂਦੇ ਸੀ ਜਦੋਂ ਤੋਂ ਪਾਣੀ ਸੀ ਸੜਕਾਂ ਦੇ ਉੱਪਰ, ਹੁਣ ਸੜਕਾਂ ਦੇ ਇਸ ਪਿੰਡ ਮੁੰਡੀ ਚੋਲੀਆਂ ਦੇ ਵਿੱਚ ਸੜਕਾਂ ਦੇ ਉੱਪਰ ਪਾਣੀ ਸੁੱਕ ਚੁੱਕਿਆ, ਹੁਣ ਕੋਈ ਦੇ ਇੱਥੇ ਦੇਖ ਨਹੀਂ ਰਿਹਾ। ਸਭ ਤੋਂ ਪਹਿਲਾਂ ਇਹੀ ਬੇਨਤੀ ਹੈ ਵੀ ਕੋਈ ਨਾ ਕੋਈ ਟੀਮ ਬਣਾਈ ਜਾਵੇ, ਪ੍ਰਾਈਵੇਟ ਜਾਂ ਸਰਕਾਰੀ ਟੀਮ ਬਣਾਈ ਜਾਵੇ, ਉਹਦੇ ਵਿੱਚ ਕੀ ਆ, ਜੋ ਵੀ ਪਿੱਛੋਂ ਰਾਸ਼ਨ ਆਉਂਦਾ, ਤੂੜੀ ਆਉਂਦੀ ਆ, ਖੰਡ ਆਉਂਦਾ, ਜੋ ਵੀ ਆਉਂਦਾ ਵਾ, ਇਕੱਠੇ ਆਉਂਦੇ ਆ, ਉਹ ਇੱਕ ਥਾਂ 'ਤੇ ਸਟੋਰ ਕੀਤਾ ਜਾਵੇ, ਠੀਕ ਹੈ, ਲੋੜ ਅਨੁਸਾਰ ਉੱਥੇ ਚੱਕਿਆ ਜਾਵੇ। ਇਹ ਨਹੀਂ ਕਿ ਘਰ ਪਰਤੀ ਦਿੱਤਾ ਜਾਵੇ, ਜਿਹੜੇ ਬੰਦੇ ਬਾਹਰ ਦੇ ਪਿੰਡਾਂ ਦੇ ਹੈਗੇ ਆ ਸਮਾਨ, ਉਹ ਨਾ ਉੱਥੋਂ ਚੱਕ ਕੇ ਲੈ ਕੇ ਜਾਣ, ਠੀਕ ਆ, ਉਹ ਵੀ ਕਿਸੇ ਦੀ ਨਿਗਰਾਨੀ ਹੇਠ ਹੋਵੇ ਕੰਮ। ਜਿੱਦਾਂ ਡਾਕਟਰ ਆ ਰਹੇ, ਉਹ ਕੀ ਆਉਂਦੇ, ਡਾਕਟਰ ਆਉਂਦੇ ਆ ਇੱਕ ਘਰ ਬੈਠ ਜਾਂਦੇ, ਉਹਨਾਂ ਦਾ ਕੰਮ ਡਾਕਟਰ ਜੇ ਬੈਠਣ ਆਏ ਤਾਂ ਬਿਲਕੁਲ ਨਾ ਇੱਥੇ ਇਸ ਪਿੰਡ ਦੇ ਵਿੱਚ ਆਉਣ, ਆਉਣ ਅਤੇ ਆਪਣਾ ਘਰ ਘਰ ਪੂਰਾ ਚੈਕਿੰਗ ਨਾ ਲੈ ਕੇ ਆਉਣ, ਆਪਣਾ ਪਾਣੀ ਚੈੱਕ ਕਰਨ, ਉਹ ਅਸੀਂ ਪਸ਼ੂਆਂ ਨੂੰ ਦੇਖੋ ਪਾਣੀ ਪਿਲਾਉਂਦੇ ਹਾਂ, ਠੀਕ ਆ, ਉਹ ਫਿਰ ਦੁੱਧ ਅਸੀਂ ਪੀਂਦੇ ਹਾਂ, ਉਹਦੇ ਵਿੱਚ ਕਿੰਨਾ ਬੈਕਟੀਰੀਆ ਸਾਨੂੰ ਨਹੀਂ ਪਤਾ, ਜਿਹੜਾ ਪਾਣੀ ਅਸੀਂ ਨਹਾ ਰਹੇ ਹਾਂ, ਹੁਣ ਆਪਾਂ RO ਦੇ ਪਾਣੀ ਨਾਲ ਤਾਂ ਨਹਾ ਨਹੀਂ ਰਹੇ, ਪਾਣੀ ਨਾਲ ਜਿਹੜਾ ਬੋਰਵੈਲ ਦਾ ਪਾਣੀ ਉਹਦੇ ਨਾਲ ਨਹਾ ਰਹੇ ਹਾਂ, ਉਹ ਕੀ ਪਤਾ ਕਿੰਨਾ ਬੈਕਟੀਰੀਆ ਉਹਦੇ ਵਿੱਚ ਆ,
ਠੀਕ ਹੈ ਜੀ 800 ਆ ਕੇ 900 ਕਿੰਨਾ ਉਹ ਸਾਡੀ ਸਕਿਨ ਵਾਸਤੇ ਸੇਫ ਹੈ ਜਾਂ ਨਹੀਂ ਜੀ ਠੀਕ ਹੈ ਜੀ ਹੁਣ ਦੇਖੋ ਪਾਣੀ ਕਰਕੇ ਧੁੱਪ ਵੀ ਬਹੁਤ ਜ਼ਿਆਦਾ ਗਰਮੀ ਹੋ ਗਈ ਆ ਠੀਕ ਹੈ ਮੋਸਕੀਟੋਸ ਬਹੁਤ ਆ ਰਹੀਆਂ ਵਾ ਠੀਕ ਆ ਪਰ ਕੋਈ ਇੱਦਾਂ ਦੀ ਕੋਈ ਜਿੱਦਾਂ ਧੂੰਆਂ ਕਹਿੰਦੇ ਆ ਪਿੰਡਾਂ ਦੇ ਵਿੱਚ ਛੱਡਦੇ ਆ ਘਰ ਘਰ ਜਾ ਕੇ ਉਹ ਦਿਨੇ ਤਾਂ ਨਾ ਛੱਡਿਆ ਜਾਵੇ ਥੋੜ੍ਹਾ ਸ਼ਾਮ ਵੇਲੇ ਜਦੋਂ ਮੱਛਰ ਸਾਰਾ ਪਿੰਡਾਂ ਦੇ ਵਿੱਚ ਆ ਜਾਂਦਾ ਵਾ ਜਿੱਥੇ ਅਤੇ ਉਦੋਂ ਉਸ ਵੇਲੇ ਛੱਡਿਆ ਜਾਵੇ ਠੀਕ ਹੈ ਜੀ ਬਾਕੀ ਰਾਸ਼ਨ ਦੀ ਤਾਂ ਕੋਈ ਕਮੀ ਨਹੀਂ ਆ ਠੀਕ ਹੈ ਜੀ ਪਰ ਪਾਣੀ ਲੋੜ ਅਨੁਸਾਰ ਆਇਆ ਜਾਵੇ ਟੈਂਕਰਾਂ ਦੇ ਵਿੱਚ ਜਿੱਦਾਂ ਵੀ ਪ੍ਰਾਈਵੇਟ ਜਾ ਰਹੇ ਨੇ ਬਹੁਤ ਮਦਦ ਕੀਤੀ ਆ ਸਰਕਾਰੀ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਠੀਕ ਹੈ ਜੀ ਸਰਕਾਰਾਂ ਨੇ ਕੀ ਕੀਤਾ ਵਾ ਜਦੋਂ ਆਉਂਦੇ ਸੀ ਸੁੱਕੀ ਜਗ੍ਹਾ 'ਤੇ ਖੜ ਕੇ ਬਸ ਦੇਖ ਕੇ ਅਤੇ ਸਿਰਫ ਕੈਮਰੇ ਦੇ ਵਿੱਚ ਬੋਲ ਕੇ ਚੱਲ ਜਾਂਦੇ ਸੀ ਠੀਕ ਹੈ ਫੋਟੋ ਖਿਚਾ ਕੇ ਚੱਲੇ ਫੋਟੋ ਖਿਚਾ ਕੇ ਬਸ ਕੀ ਆ ਟੀ ਵੀ 'ਤੇ ਬੋਲਣ ਨੂੰ ਨਾ ਕੋਈ ਪਿੰਡ ਦੇ ਵਿੱਚ ਉਦੋਂ ਪਤਾ ਲੱਗਦਾ ਜਦੋਂ ਪਿੰਡ ਦੇ ਵਿੱਚ ਘਰ ਦੇ ਵਿੱਚ ਆ ਕੇ ਕੋਈ ਪਤਾ ਲਵੇ ਵੀ ਹਾਂ ਵੀ ਤੁਹਾਡੇ ਕਿੰਨੇ ਮੈਂਬਰ ਕੀ ਤੁਹਾਡਾ ਨੁਕਸਾਨ ਹੋਇਆ ਹੁਣ ਦੇਖੋ ਨੁਕਸਾਨ ਲਿਖਣ ਵਾਲੇ ਆ ਰਹੇ ਆ ਸੁਣਦੇ ਅਸੀਂ ਪਿੰਡਾਂ ਦੇ ਵਿੱਚ ਔਸ ਕਰ ਬੈਠੇ ਹਾਂ ਉੱਥੇ ਕੀ ਕਰ ਰਿਹਾ ਮੈਂ ਲਿਖਾ ਰਿਹਾ ਮੈਂ ਤੁਹਾਡਾ ਮੈਨੂੰ ਨਹੀਂ ਪਤਾ ਵੀ ਤੁਹਾਡਾ ਕਿੰਨਾ ਨੁਕਸਾਨ ਹੋਇਆ ਮੈਂ ਲਿਖਾ ਰਿਹਾ ਤੁਹਾਡਾ ਘਰ ਦੇ ਵਿੱਚ ਆਉਣ ਚੈੱਕ ਕਰਨ ਵੀ ਪ੍ਰੋਪਰ ਹੋਈ ਆ ਨੁਕਸਾਨ ਕਿੰਨਾ ਹੋਇਆ ਕਿੰਨਾ ਨਹੀਂ ਦੇਖ ਦੇਖ ਕੇ ਜਾਣ ਪਿੰਡ ਸਾਡਾ ਸੁੱਕਾ ਆ ਠੀਕ ਹੈ ਜੀ ਪਿੰਡ ਦੇ ਵਿੱਚ ਦੇਖਣ ਇਹ ਨਹੀਂ ਵੀ ਕੋਈ ਪ੍ਰਾਈਵੇਟ ਬੰਦਾ ਆ ਕੇ ਲਿਖਾਈ ਜਾਊਗਾ ਮੈਂ ਉਹਦੇ 5 ਕੋਠੇ ਲਿਖਾ ਤੇ ਉਹਦੇ 10 ਲਿਖਾ ਤੇ ਇਹ ਗੱਲ ਨਹੀਂ ਹੈ ਜੀ ਠੀਕ ਆ ਪ੍ਰੋਪਰ ਆ ਕੇ ਚੈਕਿੰਗ ਕਰਨ ਜੇ ਸਰਕਾਰੀ ਆਉਂਦਾ ਸਰਕਾਰੀ ਚੈਕਿੰਗ ਕਰੇ ਇੱਥੇ ਆਉਂਦਾ ਸਿਰਫ ਚੈਕਿੰਗ ਵਾਸਤੇ ਨਾ ਕਿ ਬੈਠਣ ਵਾਸਤੇ ਠੀਕ ਹੈ ਜੀ ਬਸ ਹਾਂਜੀ ਵੀਰ ਜੀ ਹੁਣਾਂ ਨੇ ਦੱਸਿਆ ਹੈ ਕਿ ਪ੍ਰੋਪਰ ਚੈਕਿੰਗ ਕਰਕੇ ਇੱਕ ਲਿਸਟ ਤਿਆਰ ਕਰਕੇ ਇਹ ਸਾਰਾ ਜਿਹੜਾ ਹੈ ਸਮਾਨ ਜੇ ਸਮਾਨ ਦੇਣਾ ਹੈ ਤਾਂ ਸਮਾਨ ਚੈੱਕ ਕਰਕੇ ਦਿੱਤਾ ਜਾਵੇ ਤਾਂ ਜਿਹੜਾ ਮੁਆਵਜ਼ਾ ਦੇਣਾ ਹੈ ਜਾਂ ਪੈਸੇ ਦੇਣੇ ਨੇ ਉਹ ਵੀ ਇੱਕ ਲਿਸਟ ਤਿਆਰ ਕਰਕੇ ਦਿੱਤੀ ਜਾਵੇ ਹਾਂਜੀ ਵੀਰ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੱਦਾਂ ਤੁਸੀਂ ਆਏ ਹਾਂ ਸਾਡੇ ਮਦਦ ਵਾਸਤੇ ਵੇਖਣ ਵਾਸਤੇ ਬਹੁਤ ਅਸੀਂ ਆਉਂਦੇ ਹਾਂ ਤੁਹਾਡੇ ਮਹਾਰਾਜਾ ਚੜ੍ਹਦੀ ਕਲਾ ਰੱਖੇ ਅਸੀਂ ਇਹੋ ਗੌਰਮੈਂਟ ਅੱਗੇ ਫਰਿਆਦ ਕਰਦੇ ਹਾਂ ਕਿ ਸਾਨੂੰ ਭੈਣ ਭਰਾ ਨੇ ਬਠਿੰਡੇ ਤੋਂ ਲਾਇਆ ਅਤੇ ਬੁਲਾਡਾ ਮਾਨਸਾ ਜਿੰਨੇ ਮਤਲਬ ਸਾਡੀ ਸੇਵਾ ਕੀਤੀ ਆ ਸਾਡੀ ਕੀਤੀ ਆ ਤਾਂ ਭੈਣ ਭਰਾ ਜ਼ਿਮੀਂਦਾਰਾਂ ਨੇ ਕੀਤੀ ਆ ਕੋਈ ਗੌਰਮੈਂਟ ਨੇ ਸਾਡੀ ਸਹਾਇਤਾ ਨਹੀਂ ਕੀਤੀ ਅਸੀਂ ਇਹ ਕਹਿੰਦੇ ਹਾਂ ਵੀ ਸਾਡਾ ਰਾਸ਼ਨ ਪਾਣੀ ਸ਼ਾਇਦ 3 ਮਹੀਨੇ ਤੋਂ ਲੈ ਕੇ ਸਾਡੇ 6 ਮਹੀਨੇ ਲੰਘ ਜਾਣ ਜਿੰਨਾ ਆਟਾ ਦਿੱਤਾ ਉਹ 2-3 ਮਹੀਨੇ ਸਾਡੇ ਕੱਢੂਗਾ ਉਸ ਤੋਂ ਬਾਅਦ ਸਾਡੇ ਥੱਲੇ ਗਲਾਣਾ ਥਾਂ ਗਿੱਲਾ ਸਲਾਬਿਆ ਜਾਊਗਾ ਖਰਾਬ ਹੋ ਜਾਊਗਾ ਅਸੀਂ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਜਿੰਨਾ ਹੋ ਸਕੇ ਪਸ਼ੂਆਂ ਦੀ ਖਾਲ ਸੁੱਕਾ ਰਾਸ਼ਨ ਦਿੱਤਾ ਜਾਵੇ ਹੋਰ ਅਸੀਂ ਕੋਈ ਆਟਾ ਬਗੈਰ ਹੋਰ ਚੀਜ਼ ਕੋਈ ਮੰਗਣ ਨੂੰ ਅਸੀਂ ਇਹ ਚੀਜ਼ ਨਹੀਂ ਮੰਗਦੇ ਅਤੇ ਬਾਕੀ ਅਸੀਂ ਇਹ ਹਰ ਇੱਕ ਭੈਣ ਭਰਾ ਦੇ ਅੱਗੇ ਜਾਂ ਗੌਰਮੈਂਟ ਦੇ ਅੱਗੇ ਫਰਿਆਦ ਕਰਦੇ ਹਾਂ ਵੀ ਸਾਡਾ ਘਰ ਭਰਤੀ ਆ ਕੇ ਮੌਕਾ ਵੇਖਿਆ ਜਾਵੇ ਵੀ ਜਿੰਨਾ ਨੁਕਸਾਨ ਹੋਇਆ ਜੋ ਹੋ ਸਕੇ ਸਾਨੂੰ ਉਹ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਜੀ ਇਹਨਾਂ ਮੁੰਡੀ ਚੋਲੀਆਂ ਪਿੰਡ ਦੇ ਸਾਰੇ ਹੀ ਵਸਨੀਕਾਂ ਦਾ ਜਿਨ੍ਹਾਂ ਨੇ ਆਪਣੀਆਂ ਦੇ ਸਾਹਮਣੇ ਵਿਚਾਰ ਰੱਖੇ ਨੇ ਅਸੀਂ ਇਹਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਜਥੇਬੰਦੀਆਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਰਾਸ਼ਨ ਅਜੇ ਨਾ ਦਿੱਤਾ ਜਾਵੇ ਅਤੇ ਇਹਨਾਂ ਦੇ ਪਿੰਡਾਂ ਦਾ ਸਰਵੇਖਣ ਕਰਕੇ ਬਕਾਇਦਾ ਇਹਨਾਂ ਦੀ ਮਾਲੀ ਸਹਾਇਤਾ ਪੈਸੇ ਤੌਰ ਦੇ ਉੱਪਰ ਜਾਂ ਕਿਸ ਢੰਗ ਨਾਲ ਵੀ ਕੀਤੀ ਜਾਵੇ ਰਹਿਮਤ NGO ਤੋਂ ਅਮਰਪ੍ਰੀਤ ਸਿੰਘ ਗੁੱਜਰਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ